ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਵਿੱਤੀ ਸਾਲ 2023-24 ਵਿੱਚ ਦੇਸ਼ ਦੀ ਰੱਖਿਆ ਬ੍ਰਾਹਮੜ ਪਹਿਲੀ ਵਾਰ 21000 ਕਰੋੜ ਰੁਪਏ ਦੇ ਆંકੜੇ ਨੂੰ ਪਾਰ ਕਰ ਗਈ ਹੈ। ਸੋਸ਼ਲ ਮੀਡੀਆ ਤੇ ਪਾਈ ਇੱਕ ਪੋਸਟ ਵਿੱਚ ਰਾਜਨਾਥ ਸਿੰਘ ਨੇ ਕਿਹਾ ਕਿ ਰੱਖਿਆ ਬ੍ਰਾਹਮੜ ਵਿੱਚ ਪਿਛਲੇ ਸਾਲ ਦੇ ਮੁਕਾਬਲੇ 32% ਤੋਂ ਵੱਧ ਦੀ ਧਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਨੇ ਭਾਰਤ ਦੇ ਰੱਖਿਆ ਸਾਜ਼ੋ-ਸਮਾਨ ਦੇ ਨਿਰਮਾਣ ਅਤੇ ਬ੍ਰਾਹਮੜ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਨੇ। ਉਨ੍ਹਾਂ ਆਖਿਆ ਕਿ ਨਿੱਜੀ ਖੇਤਰ ਤੇ ਰੱਖਿਆ ਜਨਤਕ ਅਦਾਰਿਆਂ ਸਮੇਤ ਦੇ ਰੱਖਿਆ ਉਦਯੋਗ ਨੇ ਹਾਲੀ ਦੇ ਸਾਲਾਂ ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ ਉਹਨਾਂ ਰੱਖਿਆ ਬ੍ਰਾਹਮੜ ਵਿੱਚ ਮਹੱਤਵਪੂਰਨ ਉਪਲਬਧੀ ਹਾਸਲ ਕਰ ਲਈ ਸਾਰੇ ਹਿੱਤ ਧਾਰਕਾਂ ਨੂੰ ਬਤਾਈ ਦਿੱਤੀ